ਤੁਹਾਨੂੰ ਆਈਲੈਟਸ ਵਾਲੀ ਕੁੜੀ ਮਿਲ ਗਈ ਆ, ਸਮਝ ਲਓ ਤੁਹਾਡਾ ਮੁੰਡਾ ਕੈਨੇਡਾ ਦੇ ਸਪਾਊਸ ਵੀਜ਼ਾ ਤੇ ਕੈਨੇਡਾ ਪਹੁੰਚ ਗਿਆ। ਕਾਮਨ ਰੀਜ਼ਨ ਸਾਡੇ ਪੰਜਾਬ ਵਾਲੇ ਐਪਲੀਕੈਂਟਸ ਤੇ ਲੱਗਦਾ ਕਿ ਤੁਹਾਡੀ ਮੈਰਿਜ ਹੈ ਇਹਨਾਂ ਨਾਲ, ਕਿੱਦਾਂ ਉਹਨਾਂ ਨੂੰ 5 ਸਾਲ ਲੱਗ ਗਏ, ਕਿੰਨੀਆਂ ਉਹਨਾਂ ਦੀਆਂ ਰਿਫਿਊਜ਼ਲਸ ਲੱਗੀਆਂ ਤੇ ਕਿਵੇਂ ਕਿਵੇਂ ਲੱਗੀਆਂ। ਸੋ ਲੈਂਦੀ ਸੀਗੀ ਅਨੀਤਾ ਪੁਰੀ ਜੀ, ਮੈਰਿਜ ਨੂੰ ਨਹੀਂ ਮੰਨਦੇ ਸੀਗੇ ਜੀ, ਵੀ ਤੇਰੀ ਮੈਰਿਜ ਕਹਿੰਦੇ ਵੀ ਜੈਨੂਅਨ ਨਹੀਂ ਹੈਗੀ। 2022 ਨੂੰ ਹੀ ਲਾਈ ਸੀਗੀ ਜੀ, ਤੇ ਜੀ 22 ਅਗਸਤ ਨੂੰ ਮੇਰਾ ਵੀਜ਼ਾ ਆ ਗਿਆ ਸੀਗਾ ਜੀ। ਤੁਸੀਂ ਫੰਡ ਕਿੰਨੇ ਪੁਰਾਣੇ ਦਿਖਾਏ ਸੀ? ਕਰਦੇ ਹੋ ਕਿ ਫਾਰਮਿੰਗ ਕਰਦੇ ਹੋ ਜਾਂ ਡੇਰੀ ਫਾਰਮ? ਕੀ ਅਸੀਂ ਤੁਹਾਡੀ ਫੈਮਿਲੀ ਤੋਂ ਉਹਨਾਂ ਦਾ ਸਪੋਰਟ ਲੈਟਰ ਜਾਂ ਤੁਹਾਡੇ ਮੰਮੀ ਡੈਡੀ ਦੀ ਕੋਈ ITR, ਕੋਈ ਬੈਂਕ ਬੈਲੈਂਸ ਜਾਂ ਕੁਝ ਇਦਾਂ ਦਾ ਲਵਾਇਆ ਜਾਂ ਨਹੀਂ ਲਵਾਇਆ? ਕੋਈ ਬੀ ਲੈਵਲ ਦਾ ਜੌਬ ਕਰਦੇ ਸੀ। ਤੀਜੀ ਵਾਰੀ ਜੀ ਫਿਰ ਮੈਂ ਫਾਈਲ ਇਧਰੋਂ ਹੀ ਲਵਾਈ ਸੀ ਇੰਡੀਆ ਤੋਂ ਜੀ, ਤੇ ਤੀਜੀ ਵਾਰੀ ਫਿਰ ਉਦੋਂ ਰਿਫਿਊਜ਼ ਹੋਇਆ ਜੀ। ਸਾਡੇ ਜੋ ਬੁਰਾਈਆਂ ਵੀਰੇ ਉਹ ਦੱਸ ਦਿਓ, ਜੋ ਚੰਗਿਆਈਆਂ ਉਹ ਦੱਸ ਦਿਓ। ਜੇ ਰਿਫਿਊਜ਼ਲ ਆਉਂਦੀ ਵੀ ਹੈ ਜੀ ਵੀ ਆਪਾਂ ਤੁਹਾਡਾ ਕੰਮ ਵਧੀਆ ਫਿਰ ਵੀ ਕਰਕੇ ਦਵਾਂਗੇ ਜੀ ਵੀ ਇਹੀ ਫੀਸ ਦੇ ਵਿੱਚ, ਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਆ ਕਿ ਤੁਹਾਨੂੰ ਆਈਲੈਟਸ ਵਾਲੀ ਕੁੜੀ ਮਿਲ ਗਈ ਆ, ਸਮਝ ਲਓ ਤੁਹਾਡਾ ਮੁੰਡਾ ਕੈਨੇਡਾ ਦੇ ਸਪਾਊਸ ਵੀਜ਼ਾ ਤੇ ਕੈਨੇਡਾ ਪਹੁੰਚ ਗਿਆ, ਤੁਹਾਨੂੰ 2-3 ਮਹੀਨਿਆਂ ਬਾਅਦ ਡਾਲਰ ਆਉਣੇ ਸ਼ੁਰੂ ਹੋ ਜਾਣੇ ਆ ਤੇ ਤੁਸੀਂ ਕੋਠੀਆਂ ਕਾਰਾਂ ਬਹੁਤ ਛੇਤੀ ਲੈ ਲੈਣ। ਅਕਸਰ ਇਦਾਂ ਦੀਆਂ ਗੱਲਾਂ ਜਿਹੜੇ ਸੋ ਕਾਲਡ ਅਨਆਥੋਰਾਈਜ਼ ਏਜੰਟ ਤੇ ਉਹਨਾਂ ਨੇ ਅੱਗੇ ਜੋ ਗਲੋਬ ਜਾ ਬਿਠਾ ਕੇ ਕੁੜੀਆਂ ਰੱਖੀਆਂ ਹੁੰਦੀਆਂ ਉਹ ਇਹ ਗੱਲ ਕਹਿੰਦੀਆਂ ਹੁੰਦੀਆਂ ਵੀ ਭਾਈ ਤੁਹਾਡਾ ਤਾਂ ਕੈਨੇਡਾ ਪਹੁੰਚਿਆ, ਸਮਝੋ ਇੱਥੋਂ ਫਲਾਈਟ ਲੈਣੀ ਇਹਨੇ ਇੱਥੇ ਪਹੁੰਚ ਜਾਣਾ, ਪਹਿਲਾਂ ਅਸੀਂ ਤੁਹਾਡੀ ਨੂੰਹ ਦਾ ਜਿਹੜੀ ਕੁੜੀ ਤੁਹਾਨੂੰ ਅਸੀਂ ਲੱਭ ਕੇ ਦਿੱਤੀ ਆ ਉਹਦਾ ਸਟੱਡੀ ਵੀਜ਼ਾ ਕਰਾਂਗੇ, ਠੀਕ ਹੈ, ਤੁਸੀਂ ਸਾਰੀਆਂ ਫੀਸਾਂ ਭਰਨੀਆਂ, ਫਿਰ ਤੁਹਾਡੇ ਮੁੰਡੇ ਦਾ ਅਸੀਂ ਸਪਾਊਸ ਓਪਨ ਵਰਕ ਪਰਮਿਟ ਇਦਾਂ 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 ਕਰਕੇ ਅਪਲਾਈ ਕਰਾਂਗੇ ਤੇ ਨਾਲ ਦੀ ਨਾਲ ਤੁਹਾਡੇ ਮੁੰਡੇ ਦਾ ਵੀਜ਼ਾ ਆ ਜਾਣਾ ਤੇ ਤੁਸੀਂ ਡਾਲਰ ਤੇ ਡਾਲਰ ਕਮਾਉਣ ਵਾਲੇ ਬਣ ਜਾਓਗੇ, ਨਾਲੇ ਤੁਹਾਡੇ ਮੁੰਡੇ ਦੀ ਜ਼ਿੰਦਗੀ ਬਹੁਤ ਸੁਖਾਲੀ ਹੋ ਜਾਊਗੀ। ਪਰ ਅਕਸਰ ਇਹ ਗੱਲਾਂ ਗੱਲਾਂ ਹੀ ਰਹਿ ਜਾਂਦੀਆਂ ਕਿਉਂਕਿ IRCC ਜਿਹੜਾ ਕੈਨੇਡਾ ਦਾ ਸਪਾਊਸ ਓਪਨ ਵਰਕ ਪਰਮਿਟ ਬਹੁਤ ਈਜ਼ੀ ਵੇ ਆ ਕੈਨੇਡਾ ਆਉਣ ਦਾ, ਉਹਨੂੰ ਕਾਫੀ ਜ਼ਿਆਦਾ ਡੇ ਬਾਏ ਡੇ ਔਖਾ ਕਰ ਰਹੀ ਹੈ। ਬਹੁਤ ਸਾਰੀਆਂ ਐਪਲੀਕੇਸ਼ਨਾਂ ਸਪਾਊਸ ਓਪਨ ਵਰਕ ਪਰਮਿਟ ਦੀਆਂ ਪੰਜਾਬ ਤੋਂ ਸਬਮਿਟ ਹੁੰਦੀਆਂ, ਪੰਜਾਬ ਤੋਂ ਸਬਮਿਟ ਹੋਣ ਤੋਂ ਬਾਅਦ ਰਿਫਿਊਜ਼ਲ ਵੀ ਆਉਂਦੀਆਂ, ਅਪਰੂਵਲਸ ਵੀ ਆਉਂਦੀਆਂ, ਤੇ ਇੱਕ ਸਭ ਤੋਂ ਵੱਡਾ ਕਾਮਨ ਰੀਜ਼ਨ ਸਾਡੇ ਪੰਜਾਬ ਵਾਲੇ ਐਪਲੀਕੈਂਟਸ ਤੇ ਲੱਗਦਾ ਕਿ ਤੁਹਾਡੀ ਮੈਰਿਜ ਜੈਨੂਅਨ। ਜਦੋਂ ਤੁਹਾਡੀ ਐਪਲੀਕੇਸ਼ਨ ਤੇ ਇਹ ਰੀਜ਼ਨ ਆ ਗਿਆ ਜਾਂ ਤੁਹਾਡਾ ਇੰਟਰਵਿਊ ਹੋ ਗਿਆ ਜਾਂ ਉਵੇਂ ਰਿਫਿਊਜ਼ਲ ਲੈਟਰ ਦੇ ਵਿੱਚ ਲਿਖਿਆ ਆ ਗਿਆ ਤੇ ਤੁਹਾਡਾ ਸਪਾਊਸ ਓਪਨ ਵਰਕ ਪਰਮਿਟ ਲੱਗਣਾ ਬਹੁਤ ਜ਼ਿਆਦਾ ਔਖਾ ਹੋ ਜਾ। ਉਦਾਂ ਹੀ ਇੱਕ ਸਾਡੇ ਵੀਰ ਗਗਨਦੀਪ ਸਿੰਘ ਦੇ ਨਾਲ ਹੋਇਆ ਜੋ ਕਿ ਸਾਡੇ ਨਾਲ ਅੱਜ ਬੈਠੇ ਇਸ ਵੀਡੀਓ ਦੇ ਵਿੱਚ, ਸੋ ਉਹਨਾਂ ਤੋਂ ਜਾਣਾਂਗੇ ਕਿ ਕਿਵੇਂ ਉਹ ਵਿਆਹ ਤੋਂ ਬਾਅਦ 5 ਸਾਲ ਦੇ ਬਾਅਦ ਕੈਨੇਡਾ ਪਹੁੰਚੇ ਆਪਦੀ ਵਾਈਫ ਕੋਲੇ। ਆਲਮੋਸਟ ਉਹਨਾਂ ਦੀ ਵਾਈਫ ਦੀ 2 ਸਾਲ ਦੀ ਸਟੱਡੀ ਵੀ ਕੰਪਲੀਟ ਹੋ ਗਈ ਤੇ 3 ਸਾਲ ਦਾ ਆਲਮੋਸਟ ਆਲਮੋਸਟ ਉਹਨਾਂ ਦਾ ਪਰਮਿਟ ਵੀ ਖਤਮ ਹੋਣ ਵਾਲਾ। ਕਿੱਦਾਂ ਉਹਨਾਂ ਨੂੰ 5 ਸਾਲ ਲੱਗ ਗਏ, ਕਿੰਨੀਆਂ ਉਹਨਾਂ ਦੀਆਂ ਰਿਫਿਊਜ਼ਲਸ ਲੱਗੀਆਂ ਤੇ ਕਿਵੇਂ ਕਿਵੇਂ ਲੱਗੀਆਂ, ਸੋ ਉਹਦੇ ਬਾਰੇ ਜਾਣਾਂਗੇ। ਨਾਲ ਦੀ ਨਾਲ ਬਹੁਤ ਸਾਰੇ ਸਵਾਲ ਹੁੰਦੇ ਸਪਾਊਸ ਓਪਨ ਵਰਕ ਪਰਮਿਟ ਵਾਲੇ ਜਿਹੜੇ ਅਕਸਰ ਪੁੱਛਦੇ ਆ, ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ। ਤੇ ਸਤਿ ਸ੍ਰੀ ਅਕਾਲ ਗਗਨ ਬਾਈ ਜੀ, ਕੀ ਹਾਲ ਚਾਲ ਨੇ? ਸਤਿ ਸ੍ਰੀ ਅਕਾਲ ਵੀਰ। ਪਹਿਲਾਂ ਤਾਂ ਇਹ ਦੱਸ ਦੋ ਬਾਈ ਜੀ, ਕਿੱਥੋਂ ਬਿਲੋਂਗ ਕਰਦੇ ਹੋ, ਪੰਜਾਬ ਤੋਂ ਜਾਂ ਹੋਰ ਕਿਸੇ ਸੂਬੇ? ਮੈਂ ਵੀਰ ਜੀ ਪੰਜਾਬ ਤੋਂ ਬਿਲੋਂਗ ਕਰਦਾ ਜੀ, ਮੋਗਾ ਜ਼ਿਲ੍ਹਾ ਜੀ, ਪਿੰਡ ਪੁੱਟਰ ਤੋਂ ਜੀ। ਠੀਕ ਹੈ ਬਾਈ ਜੀ, ਬੜੀ ਔਖੀ ਜੀ ਕਹਾਣੀ ਤੁਹਾਡੀ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰਨ ਲੱਗੇ ਤੇ ਸਾਰੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਲੱਗੇ ਆ ਕਿ ਵਿਆਹ ਤੋਂ 5 ਸਾਲ ਬਾਅਦ ਤੁਸੀਂ ਸਪਾਊਸ ਓਪਨ ਵਰਕ ਪਰਮਿਟ ਤੇ ਕੈਨੇਡਾ ਪਹੁੰਚੇ, ਸੋ ਇੰਨਾ ਲੰਮਾ ਕਿਵੇਂ ਸਫ਼ਰ ਹੋ ਗਿਆ? ਪਹਿਲਾਂ ਤਾਂ ਇਹ ਦੱਸੋ। ਮੇਰਾ ਵਿਆਹ ਜੀ 2017 ਚ 23 ਜੁਲਾਈ ਨੂੰ ਹੋਇਆ ਸੀਗਾ ਜੀ, ਤੇ ਪਹਿਲੀ ਵਾਰੀ ਮੈਂ ਫਾਈਲ ਲਾਈ ਸੀਗੀ ਜੀ 2018 ਦੇ ਚੌਥੇ ਮਹੀਨੇ ਜੀ, ਚੌਥੇ ਪੰਜਵੇਂ ਮਹੀਨੇ ਲਾਈ, ਤੇ ਮੈਨੂੰ ਜੀ 5-6 ਮਹੀਨਿਆਂ ਬਾਅਦ ਰਿਫਿਊਜ਼ਲ ਦੇ ਦਿੱਤੀ ਸੀ ਉਹਨਾਂ ਨੇ ਜੀ। ਦੂਜੀ ਵਾਰੀ ਫਿਰ ਮੈਂ ਫਾਈਲ ਲਾਈ ਜੀ 2019 ਜੀ, ਤੇ ਦੂਜੀ ਵਾਰੀ ਫਿਰ ਮੇਰੀ ਇੰਟਰਵਿਊ ਆ ਗਈ। ਇੰਟਰਵਿਊ ਮੇਰੀ, ਹਾਂਜੀ, ਉਹ ਇੱਕ ਲੇਡੀ ਸੀਗੀ ਜੀ ਉੱਥੇ ਇੰਟਰਵਿਊ ਲੈਂਦੀ ਸੀਗੀ ਅਨੀਤਾ ਪੁਰੀ ਜੀ, ਉਹਨਾਂ ਨੇ, ਹਾਂਜੀ, ਉਹਨਾਂ ਨੇ ਵੀਜ਼ਾ ਮੈਨੂੰ ਦਿੱਤਾ ਨੀ ਜੀ ਉੱਥੇ। ਤੇ ਫਿਰ ਜੀ ਤੀਜੀ ਵਾਰੀ ਫੇਰ ਲਾਈ ਜੀ 2019 ਚ ਫਾਈਲ, ਤੇ ਉਹਨਾਂ ਤੀਜੀ ਵਾਰੀ ਫੇਰ ਮੈਨੂੰ ਰਿਫਿਊਜ਼ਲ ਦੇ ਦਿੱਤੀ ਜੀ, ਤੇ ਬਾਅਦ ਚ ਮੇਰੀ ਵਾਈਫ ਦੀ ਸਟੱਡੀ ਪੂਰੀ ਹੋ ਗਈ ਜੀ 2019 ਚ, ਤੇ 20 ਚ ਫਿਰ ਜੀ ਵਰਕ ਪਰਮਿਟ ਤੇ ਹੋ ਗਈ ਸੀਗੀ, ਪਰ ਉਦੋਂ ਕੋਰੋਨਾ ਚੱਲ ਪਿਆ ਜੀ। ਠੀਕ ਹੈ ਜੀ, ਠੀਕ ਹੈ, ਹਾਂਜੀ ਹਾਂਜੀ, ਤੇ ਕੋਰੋਨਾ ਤੋਂ ਬਾਅਦ। ਮੈਂ ਇੱਥੇ ਤੁਹਾਨੂੰ ਥੋੜਾ ਜਿਹਾ ਰੋਕਣਾ ਚਾਹੂੰਗਾ ਕਿ ਤੁਹਾਡੀ ਮੈਰਿਜ ਦਾ ਤੁਸੀਂ ਦੱਸਤਾ ਤੇ ਤੁਸੀਂ ਜਿਹੜਾ ਕੈਨੇਡਾ ਦਾ ਸਪਾਊਸ ਓਪਨ ਵਰਕ ਪਰਮਿਟ 3 ਵਾਰ ਅਪਲਾਈ ਕੀਤਾ ਸੀਗਾ, ਉਹ 3 ਵਾਰ ਰਿਫਿਊਜ਼ ਹੋ ਗਿਆ, ਕੀ ਤੁਹਾਡੀ ਮੈਰਿਜ ਜੈਨੂਅਨ ਨਹੀਂ ਆ ਜਾਂ ਕੋਈ ਹੋਰ ਵੀ ਰੀਜ਼ਨ ਦਿੱਤਾ ਗਿਆ? ਇਹਦੇ ਵਿੱਚ ਕਿਹੜੇ ਰੀਜ਼ਨ ਕਰਕੇ ਰਿਫਿਊਜ਼ ਕੀਤਾ ਗਿਆ? ਜਿਹੜੀ ਲੇਡੀ ਸੀ ਕੈਨੇਡਾ ਦੀ ਵੀਜ਼ਾ ਆਫਿਸਰ, ਬਹੁਤ ਖਤਰਨਾਕ ਲੇਡੀ ਕਹਿੰਦੇ ਆ, ਤੇ ਉਹਨਾਂ ਨੇ ਤੁਹਾਡੇ ਨਾਲ ਕਿੱਦਾਂ ਦਾ ਬਿਹੇਵ ਕੀਤਾ ਉੱਥੇ, ਕਿੱਦਾਂ ਤੁਹਾਨੂੰ ਸਾਰੇ ਸਵਾਲ ਪੁੱਛੇ ਤੇ ਕਿੱਦਾਂ ਉਹ ਸਾਰਾ ਜਾਣੀ ਕਿ ਮਾਹੌਲ ਮਾੜਾ ਜਿਹਾ ਡਿਸਕ੍ਰਾਈਬ ਕਰ ਦਿਓ ਜਦੋਂ ਤੁਹਾਡਾ ਇੰਟਰਵਿਊ ਹੋਇਆ? ਇੰਟਰਵਿਊ ਹੋਇਆ ਜੀ, ਬਸ ਮੈਂ ਇੰਟਰਵਿਊ ਦੇਣ ਅੰਦਰ ਗਿਆ ਜੀ,
ਤੇ ਮੈਨੂੰ ਚਲੋ ਉਹਨਾਂ ਨੇ ਸਵਾਲ ਜਵਾਬ ਪੁੱਛੇ ਜੀ ਥੋੜੇ ਬਹੁਤੇ, ਮੈਂ ਜਵਾਬ ਦੇ ਗਿਆ ਜੀ ਸਹੀ। ਬਾਅਦ ਚ ਮੈਨੂੰ ਕਹਿੰਦੀ ਵੀ ਤੂੰ ਹਨੀਮੂਨ ਤੇ ਨੀ ਗਿਆ ਘੁੰਮਣ, ਤੂੰ ਆਪਦੀ ਮੈਂ ਨਾਲੇ ਜੀ ਮੇਰੇ ਕੋਲੇ ਵਾਈਫ ਰਹਿ ਕੇ ਗਈ 6 ਮਹੀਨੇ ਜੀ ਮੈਰਿਜ ਕਰਾ ਕੇ, ਤੇ ਫਿਰ ਵੀ ਜਾਣਦੀ ਮੈਨੂੰ ਉਹ ਬਹੁਤ ਜਾਣਦੀ ਮੈਨੂੰ ਆਹ ਦਿਖਾ ਦੇ ਆਹ ਦਿਖਾ ਦੇ, ਨਾਲੇ ਮੈਂ ਦਿਖਾਈ ਗਿਆ ਜੀ ਸਾਰਾ ਕੁਛ, ਤਾਂ ਵੀ ਮੈਨੂੰ ਕਹਿੰਦੀ ਵੀ ਤੇ ਮੈਂ ਸੈਟਿਸਫਾਈ ਨੀ ਹੈਗੀ, ਮੈਨੂੰ ਵੀਜ਼ਾ ਦਿੱਤਾ ਨੀ ਜੀ ਉਹਨੇ ਫਿਰ ਉੱਥੇ। ਤੇ ਫਿਰ ਤੀਜੀ ਵਾਰੀ ਫਾਇਲ ਲਾਈ ਜੀ ਉਦੋਂ ਵੀ ਨੀ ਵੀਜ਼ਾ ਮਿਲਿਆ ਜੀ, ਪਰ ਮੈਰਿਜ ਨੂੰ ਨੀ ਮੰਨਦੇ ਸੀਗੇ ਜੀ ਵੀ ਤੇਰੀ ਮੈਰਿਜ, ਕਹਿੰਦੇ ਵੀ ਜੈਨੂਅਨ ਨੀ ਹੈਗੀ। ਬਾਈ ਜੀ ਇੱਥੇ ਇੱਕ ਸਵਾਲ ਆ ਕਿ ਤੁਸੀਂ ਸਾਰੇ ਰੀਤੀ ਰਿਵਾਜ ਕੀਤੇ ਹੋਣੇ ਆ, ਠੀਕ ਹੈ ਸਾਰਾ ਕੁਛ ਕੀਤਾ ਸੀ, ਪਰ ਇਹੋ ਜਿਹੀ ਕਿਹੜੀ ਗੱਲ ਸੀ ਜਿਹਦੇ ਤੇ ਪੁਰੀ ਜੀ ਜਿਹੜੇ ਮੈਡਮ ਨੇ ਸਤਿਕਾਰਯੋਗ ਨੇ, ਠੀਕ ਹੈ, ਤੇ ਕਹਿੰਦੇ ਵੀ ਉਹ ਬਹੁਤ ਰੂਡ ਨੇ, ਬਹੁਤ ਗੰਦਾ ਬਿਹੇਵ ਕਰਦੇ ਨੇ, ਪਰ ਤੁਸੀਂ ਮਾੜਾ ਜਿਹਾ ਇਹ ਚੀਜ਼ ਦੱਸ ਦਿਓ ਕਿ ਕਿਹੜੇ ਇਹੋ ਜਿਹੇ ਕਾਰਨ ਸੀ ਜਿਹਦੇ ਕਰਕੇ ਵੀਜ਼ਾ ਆਫਿਸਰ ਨੇ ਤੁਹਾਡੇ ਤੇ ਸ਼ੱਕ ਕੀਤਾ। ਕਾਰਨ ਜੀ ਮੁੜ ਜਦੋਂ ਇੰਟਰਵਿਊ ਦਿੱਤੀ ਹੈ ਜੀ ਉਹਨਾਂ ਨੇ ਬਸ ਮੈਨੂੰ ਜ਼ਿਆਦਾ ਇਹੀ ਕਿਹਾ ਜੀ ਬਈ ਤੂੰ ਹਨੀਮੂਨ ਤੇ ਨਹੀਂ ਗਿਆ ਜੀ, ਵੀ ਤੂੰ ਘੁੰਮਣ ਫਿਰਨ ਨਹੀਂ ਗਿਆ, ਬਈ ਤੂੰ ਬਈ ਸਾਨੂੰ ਕਿਵੇਂ ਪਤਾ ਲੱਗੂਗਾ ਵੀ ਤੂੰ ਮੈਰਿਜ ਤਾਂ 6 ਮਹੀਨੇ ਹੋ ਗਈ ਸੀ ਜੀ ਮੇਰੀ ਪਹਿਲਾਂ ਜੀ, ਤੇ ਮੈਨੂੰ ਕਹਿੰਦੇ ਵੀ ਤੂੰ ਪ੍ਰੂਫ ਦਿਖਾ ਸਾਨੂੰ ਵੀ ਤੂੰ ਗਿਆ ਕਿੱਥੇ ਜਾਂ ਘੁੰਮਣ, ਵੀ ਸਾਨੂੰ ਕੀ ਪਤਾ ਹੁਣ ਘਰੇ ਰਹਿੰਦਾ ਸੀ ਕਿ ਨਹੀਂ ਰਹਿੰਦਾ ਸੀਗਾ। ਹਾਂਜੀ ਹਾਂਜੀ, ਤੇ ਇਹ ਚੀਜ਼ਾਂ ਕਰਕੇ ਜੀ ਫਿਰ ਉਹਨਾਂ ਨੇ ਮੈਨੂੰ ਵੀਜ਼ਾ ਨਹੀਂ ਦਿੱਤਾ ਜੀ, ਕਹਿੰਦੀ ਵੀ ਮੈਂ ਸੈਟਿਸਫਾਈ ਨਹੀਂ ਹੈਗੀ ਜੀ ਤੁਹਾਨੂੰ। ਅੱਛਾ ਜੀ, ਜਿਹੜੇ ਤੁਸੀਂ ਵਿਆਹ ਦੇ ਰੀਤੀ ਰਿਵਾਜ ਹੁੰਦੇ ਆ ਤੁਸੀਂ ਸਾਰੇ ਕੀਤੇ ਸੀ? ਹਾਂਜੀ ਵਿਆਹ ਦੇ, ਹਾਂਜੀ ਸਾਰੇ ਰੀਤੀ ਰਿਵਾਜ ਕੀਤੇ ਸੀ ਵਿਆਹ ਦੇ। ਠੀਕ ਹੈ ਜੀ, ਠੀਕ ਹੈ। ਅਗਲਾ ਸਵਾਲ ਬਾਈ ਜੀ ਬਹੁਤ ਜ਼ਰੂਰੀ ਆ ਜਾਂਦਾ ਕਿ 3 ਵਾਰ ਤੁਹਾਡਾ ਕੈਨੇਡਾ ਦਾ ਸਪਾਊਸ ਓਪਨ ਵਰਕ ਪਰਮਿਟ ਰਿਫਿਊਜ਼ ਹੋ ਗਿਆ ਜੀ, ਵੀ ਤੁਹਾਡੀ ਮੈਰਿਜ ਜੈਨੂਅਨ ਹੈ, ਤੁਹਾਡੇ ਕੋਲੇ ਸਾਰੇ ਪ੍ਰੂਫ ਸੀ, ਇਹ ਫਿਰ ਵੀ ਤੁਹਾਨੂੰ ਇਹ ਕਹਿ ਕੇ ਨਕਾਰ ਦਿੱਤਾ ਗਿਆ ਕਿ ਤੁਹਾਡੀ ਮੈਰਿਜ ਜੈਨੂਅਨ ਹੈ, ਠੀਕ ਹੈ। ਉਹਦੇ ਬਾਅਦ ਚ ਤੁਸੀਂ ਕੰਟੈਕਟ ਸਾਡੇ ਨਾਲ ਕਿਵੇਂ ਕੀਤਾ, ਮੇਰੇ ਨਾਲ ਤੇ ਬਾਈ ਅਮਨ ਦੇ ਨਾਲ, ਉਹ ਮਾੜਾ ਜਿਹਾ ਦੱਸ ਦਿਓ, ਫਿਰ ਆਪਾਂ ਅਗਲੇ ਸਵਾਲ ਵੱਲ ਵਧਦੇ। ਮੈਂ ਜੀ ਯੂਟਿਊਬ ਤੇ ਵੀਡੀਓ ਦੇਖਦਾ ਹੁੰਦਾ ਸੀਗਾ ਜੀ, ਉੱਥੋਂ ਤੁਹਾਡੀ ਵੀਡੀਓ ਮਿਲੀ ਜੀ ਮੈਨੂੰ, ਮੈਂ ਅੱਗੇ ਵੀ ਦੇਖਦਾ ਰਹਿੰਦਾ ਜੀ, ਚਲੋ ਵਧੀਆ ਚੀਜ਼ਾਂ ਤੁਸੀਂ ਦੱਸਦੇ ਆ ਜੀ, ਮੈਂ ਸੁਣਦਾ ਰਹਿੰਦਾ ਸੀ, ਉੱਥੋਂ ਹੀ ਮੇਰਾ ਤੁਹਾਡਾ ਨੰਬਰ ਮਿਲ ਗਿਆ ਜੀ ਮੈਨੂੰ, ਤੇ ਫਿਰ ਤੁਹਾਡੇ ਨਾਲ ਕੰਟੈਕਟ ਹੋਇਆ ਸੀ ਪਹਿਲੀ ਵਾਰੀ ਜੀ ਮੇਰਾ। ਕੰਟੈਕਟ ਹੋਣ ਤੋਂ ਬਾਅਦ ਕਿੰਨੇ ਚਿਰ ਬਾਅਦ ਤੁਹਾਡੀ ਫਾਈਲ ਅਸੀਂ ਸਬਮਿਟ ਕੀਤੀ ਮੈਂ ਤੇ ਬਾਈ ਅਮਨ? ਤਕਰੀਬਨ ਜੀ 6-7 ਮਹੀਨੇ ਬਾਅਦ। ਤੇ ਬਾਈ ਜੀ ਤੁਹਾਡਾ ਹੁਣ ਵੀਜ਼ਾ ਆ ਗਿਆ, ਤੁਸੀਂ ਕੈਨੇਡਾ ਦੀ ਧਰਤੀ ਤੇ ਪਹੁੰਚ ਚੁੱਕੇ ਹੋ, ਪਹਿਲਾਂ ਇਹ ਵੀ ਦੱਸ ਦਿਓ ਕਿ ਤੁਸੀਂ ਕਿੰਨੀ ਤਰੀਕ ਨੂੰ ਜਿਹੜੀ ਚੌਥੀ ਵਾਰ ਆਪਦੀ ਫਾਈਲ ਸਬਮਿਟ ਕੀਤੀ ਸੀ, ਜਦੋਂ ਚੌਥੀ ਵਾਰ ਕੈਨੇਡਾ ਦਾ ਸਪਾਊਸ ਓਪਨ ਵਰਕ ਪਰਮਿਟ ਅਪਲਾਈ ਕੀਤਾ ਸੀ, ਉਹ ਕਿੰਨੀ ਤਰੀਕ ਨੂੰ ਕੀਤਾ ਸੀ, ਕਿੰਨੀ ਤਰੀਕ ਨੂੰ ਤੁਹਾਡੀ ਅਪਰੂਵਲ ਆਈ ਸੀ, ਕਿੰਨੀ ਤਰੀਕ ਨੂੰ ਤੁਹਾਨੂੰ ਮੈਡੀਕਲ ਰਿਕੁਐਸਟ ਆਈ ਸੀ, ਤੇ ਕਿੰਨੀ ਤਰੀਕ ਨੂੰ ਤੁਸੀਂ ਕੈਨੇਡਾ ਦੀ ਧਰਤੀ ਤੇ ਪਹੁੰਚੇ? ਮੈਂ ਜੀ ਫਾਈਲ 23 ਮਾਰਚ 2022 ਨੂੰ ਹੀ ਲਾਈ ਸੀਗੀ ਜੀ, ਤੇ ਜੀ 22 ਅਗਸਤ ਨੂੰ ਮੇਰਾ ਵੀਜ਼ਾ ਆ ਗਿਆ ਸੀਗਾ ਜੀ, ਤੇ ਮੈਡੀਕਲ ਵੈਸੇ ਮੈਂ ਸਬਮਿਟ ਨਹੀਂ ਕੀਤਾ ਸੀਗਾ ਜੀ, ਤੇ ਉਹਨਾਂ ਨੇ ਸਿੱਧੀ ਅਪਰੂਵਲ ਹੀ ਦੇਤੀ ਸੀਗੀ ਜੀ, ਮੈਡੀਕਲ ਨੂੰ ਵੈਸੇ ਕਰਾ ਕੇ ਰੱਖ ਲਿਆ ਸੀਗਾ ਜੀ ਵੀ ਜਦੋਂ ਮੰਗਣਗੇ ਆਪਾਂ ਦੇ ਦਾਂਗੇ ਜੀ, ਤੇ ਵੈਸੇ ਉਹਨਾਂ ਨੇ ਸਿੱਧੀ ਅਪਰੂਵਲ ਹੀ ਦੇਤੀ ਸੀਗੀ 22 ਅਗਸਤ ਨੂੰ ਜੀ। ਤੇ ਫਿਰ ਬਾਈ ਜੀ ਕੈਨੇਡਾ ਤੁਸੀਂ ਕਿੰਨੀ ਤਰੀਕ ਨੂੰ ਪਹੁੰਚੇ ਹੋ? ਕੈਨੇਡਾ ਮੈਂ ਜੀ 8 ਅਕਤੂਬਰ ਨੂੰ। ਠੀਕ ਹੈ ਜੀ, 8 ਅਕਤੂਬਰ 2022 ਨੂੰ, ਜਾਣੀ ਕਿ ਬਹੁਤ ਕਾ। ਠੀਕ ਹੈ ਜੀ, ਠੀਕ ਹੈ ਬਾਈ ਜੀ, ਆਪਾਂ ਅਗਲੇ ਸਵਾਲ ਵੱਲ ਵਧਦੇ ਹਾਂ ਕਿ ਤੁਸੀਂ ਫੰਡ ਕਿੰਨੇ ਪੁਰਾਣੇ ਦਿਖਾਏ ਸੀ ਤੇ ITR ਕਿੰਨੀਆਂ ਲਾਈਆਂ? ਫੰਡ ਮੇਰੇ ਜੀ 1 ਸਾਲ ਕੁ ਪੁਰਾਣੇ ਸੀਗੇ ਜੀ, ਪਰ 6 ਮਹੀਨਿਆਂ ਦੇ ਲਾਏ ਸੀਗੇ ਜੀ ਆਪਾਂ, ਤੇ 3 ਕੁ ਸਾਲ ਦੀ ਮੇਰੇ ਕੋਲੇ ITR ਸੀਗੀ ਜੀ, 3 ਕੁ ਸਾਲ ਦੀ ITR ਸੀਗੀ ਜੀ। ਕਿੰਨੇ ਕਿੰਨੇ ਲੱਖ ਦੀ ਭਰਦੇ ਰਹੇ ਹੋ ਤੁਸੀਂ ITR? ਮੈਂ ਜੀ 4,80,000-85,000 ਇੱਥੇ ਇੱਕ ਭਰਦਾ ਸੀਗਾ ਜੀ। ਬਾਈ ਜੀ ਅਗਲਾ ਸਵਾਲ ਆ ਜਾਂਦਾ ਕਿ ਤੁਸੀਂ ਜੌਬ ਕਰਦੇ ਹੋ ਕਿ ਫਾਰਮਿੰਗ ਕਰਦੇ ਹੋ ਜਾਂ ਡੇਰੀ ਫਾਰਮ, ਦੱਸੋ ਮਾੜਾ ਜਿਹਾ ਵੀ ਤੁਸੀਂ ਕੀ ਕਰਦੇ ਹੋ? ਹਾਂਜੀ ਮੈਂ ਜੀ ਜੌਬ ਕਰਦਾ ਸੀਗਾ ਜੀ ਉੱਥੇ ਬਜਾਜ ਕੰਪਨੀ ਚ ਜੀ, ਉੱਥੋਂ ਬਾਅਦ ਸੈਲਰੀ ਆਉਂਦੀ, ਹਾਂਜੀ ਸੈਲਰੀ ਆਉਂਦੀ, ਸੈਲਰੀ 15-20 ਹਜ਼ਾਰ ਦੇ ਵਿੱਚ ਵਿੱਚ ਹੀ ਸੀਗੀ ਜੀ। ਹਾਂਜੀ ਉਹ ਹਿਸਾਬ ਨਾਲ ਮੈਂ ਆਪਦੀ ਰਿਟਰਨ ਭਰਦਾ ਸੀਗਾ ਜੀ, ਤੇ ਬਸ ਜੀ। ਬਾਈ ਜੀ ਤੁਸੀਂ ਜਾਣੀ ਕਿ ਆਪਦੀ ਐਪਲੀਕੇਸ਼ਨ ਦੇ ਵਿੱਚ ਬਾਈ ਅਮਰ ਨੇ ਤੁਹਾਨੂੰ ਸਾਰਾ ਕੁਛ ਗਾਈਡ ਕੀਤਾ ਸੀ, ਤੁਹਾਨੂੰ ਗਾਈਡ ਕੀਤਾ ਕਿ ਅਸੀਂ ਤੁਹਾਡੀ ਵਾਈਫ ਤੁਹਾਡੀ ਫੈਮਿਲੀ ਤੋਂ ਸੋਰੀ ਕਿ ਅਸੀਂ ਤੁਹਾਡੀ ਫੈਮਿਲੀ ਤੋਂ ਉਹਨਾਂ ਦਾ ਸਪੋਰਟ ਲੈਟਰ ਜਾਂ ਤੁਹਾਡੇ ਮੰਮੀ ਡੈਡੀ ਦੀ ਕੋਈ ITR, ਕੋਈ ਬੈਂਕ ਬੈਲੈਂਸ ਜਾਂ ਕੁਛ ਏਦਾਂ ਦਾ ਲਵਾਇਆ ਜਾਂ ਨਹੀਂ ਲਵਾਇਆ? ਵਾਈਫ ਦੇ ਡਾਕੂਮੈਂਟ ਲੱਗੇ ਸੀਗੇ ਜੀ, ਉਹ ਮੰਮੀ ਡੈਡੀ ਦੇ ਤਾਂ ਨਹੀਂ ਲੱਗਿਆ ਜੀ ਕੋਈ, ਵਾਈਫ ਦੀ ਜੌਬ ਲੈਟਰ ਲੱਗੀ ਸੀਗੀ ਜੀ, ਪੇ ਸਟੱਪ ਲੱਗੇ ਸੀਗੇ ਜੀ, ਤੇ ਬਸ ਜੀ ਹੋਰ ਤਾਂ ਨਹੀਂ ਕਹਾ ਜੀ। ਬਾਈ ਜੀ ਅਗਲਾ ਸਵਾਲ ਇਹ ਹੈਗਾ ਕਿ ਤੁਹਾਡੀ ਵਾਈਫ ਨੇ ਇੰਡੀਆ ਵਿਜ਼ਿਟ ਕੀਤਾ ਸੀ ਦੂਜੀ ਵਾਰ ਜਾਂ ਨਹੀਂ ਕੀਤਾ ਸੀ? ਹਾਂਜੀ ਮੇਰੀ ਵਾਈਫ ਜੀ 2 ਵਾਰੀ ਇੰਡੀਆ ਆਈ ਸੀਗੀ, 1 ਵਾਰੀ ਤਾਂ ਜੀ ਸਾਲ ਦੀ ਪੜ੍ਹਾਈ ਕਰਕੇ ਉਦੋਂ ਆਈ ਸੀ 15 ਕੁ ਦਿਨ ਜੀ, ਫਿਰ ਜਦੋਂ ਵਰਕ ਪਰਮਿਟ ਮਿਲ ਗਿਆ ਸੀ ਉਦੋਂ ਜੀ 2.5 ਮਹੀਨੇ ਆਈ ਸੀ ਜੀ, 2 ਵਾਰੀ ਵਿਜ਼ਿਟ ਕੀਤਾ ਸੀ ਇੰਡੀਆ ਜੀ। ਠੀਕ ਹੈ ਜੀ, 2 ਵਾਰੀ ਉਹਨਾਂ ਨੇ ਇੰਡੀਆ ਵਿਜ਼ਿਟ ਕੀਤਾ, ਤੇ ਜਦੋਂ ਤੁਹਾਡੀ ਲਾਸਟ ਟਾਈਮ ਫਾਈਲ ਲੱਗੀ ਸੀ ਉਦੋਂ ਤੁਹਾਡੀ ਵਾਈਫ ਦਾ ਸਟੇਟਸ ਕੀ ਸੀ, ਜਾਨੀ ਕਿ ਚੌਥੀ ਵਾਰ ਜਦੋਂ ਤੁਸੀਂ ਕੈਨੇਡਾ ਦਾ ਸਪਾਊਸ ਓਪਨ ਵਰਕ ਪਰਮਿਟ ਅਪਲਾਈ ਕੀਤਾ ਸੀ ਉਸ ਟਾਈਮ ਤੁਹਾਡੀ ਵਾਈਫ ਦਾ ਕੀ ਸਟੇਟਸ ਸੀ, ਕਿ ਉਹ ਜੋਬ ਕਰਦੇ ਸੀ ਜਾਂ ਸਟੱਡੀ ਕਰਦੇ ਸੀ, ਜੇ ਉਹ ਜੋਬ ਕਰਦੇ ਸੀ ਤੇ ਕਿਸ ਨੌਕ AOB ਲੈਵਲ ਦੀ ਕਰਦੇ ਸੀ ਉਹ ਦੱਸਿਓ ਸਾਰਾ। ਹਾਂਜੀ ਜਦੋਂ ਹੁਣ ਫਾਈਲ ਲਾਈ ਸੀ
ਸੀਗੀ ਜੀ। ਚੌਥੀ ਵਾਰ ਵਾਈਫ ਵਰਕ ਪਰਮਿਟ ਤੇ ਸੀਗੇ ਜੀ, ਉਹ ਜੀ ਬੀ ਲੈਵਲ ਦਾ ਜੋਬ ਕਰਦੇ ਸੀ, ਡੀਲਕਸ ਫ੍ਰੈਂਚ ਫਿੰਗਰ ਤੇ ਜੀ, ਉੱਥੇ ਜੋਬ ਕਰਦੇ ਸੀ ਜੀ ਸੁਪਰਵਾਈਜ਼ਰ ਦੀ। ਠੀਕ ਹੈ ਜੀ, ਠੀਕ ਹੈ। ਅਗਲਾ ਸਵਾਲ ਹੈ ਕਿ ਉਹਨਾਂ ਦੇ ਕਿੰਨੇ ਪੇ ਸਟੱਬ ਲਾਏ ਸੀ ਤੁਸੀਂ, ਕਿਉਂਕਿ ਵਾਈਫ ਤੁਹਾਡੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੇ ਆ ਗਈ ਸੀ, ਠੀਕ ਹੈ, ਉਹਨਾਂ ਦੇ ਕਿੰਨੇ ਪੇ ਸਟੱਬ ਲੱਗੇ ਸੀਗੇ ਤੇ ਉਹਨਾਂ ਦੇ ਖਾਤੇ ਚ ਕਿੰਨੇ ਕੁ ਪੈਸੇ ਆਪਾਂ ਦਿਖਾਏ ਸੀ ਤੇ ਤੁਹਾਡੇ ਖਾਤੇ ਦੇ ਵਿੱਚ ਤੁਸੀਂ ਕਿੰਨੇ ਪੈਸੇ ਦਿਖਾਏ ਸੀ? ਵਾਈਫ ਦੇ ਜੀ ਪੇ ਸਟੱਬ 4-5 ਲਾਏ ਸੀਗੇ ਜੀ, ਤੇ ਬੈਲੈਂਸ ਉਹਨਾਂ ਕੋਲੇ ਜੀ 14-15 ਹਜ਼ਾਰ ਡਾਲਰ ਸੀਗਾ ਜੀ, ਤੇ ਮੇਰੇ ਅਕਾਊਂਟ ਦੇ ਵਿੱਚ ਜੀ 6,08,000 ਰੁਪਇਆ ਸੀਗਾ ਜੀ। ਜੀ ਠੀਕ ਹੈ। ਅਗਲਾ ਸਵਾਲ ਬਾਈ ਜੀ ਇਹ ਆ ਜਾਂਦਾ ਕਿ ਤੁਸੀਂ 5 ਸਾਲ ਵੇਟ ਕੀਤਾ ਜੀ, ਠੀਕ ਹੈ, ਤੇ ਪਹਿਲਾਂ ਜਿਹੜੀਆਂ ਤੁਸੀਂ ਆਪਦੀਆਂ ਐਪਲੀਕੇਸ਼ਨਾਂ ਲਵਾਈਆਂ ਸੀ ਉਹ ਕਿੰਨਾਂ ਤੋਂ ਲਵਾਈਆਂ ਸੀ? ਕੀ ਤੁਹਾਨੂੰ ਪ੍ਰੋਪਰ ਗਾਈਡ ਕੀਤਾ ਨਹੀਂ ਗਿਆ ਜਾਂ ਤੁਹਾਨੂੰ ਦੱਸਿਆ ਨਹੀਂ ਗਿਆ ਕਿ ਤੁਹਾਡੀ ਮੈਰਿਜ ਤੇ ਸ਼ੱਕ ਆ, ਵਾਰ ਵਾਰ ਤੁਹਾਡੀਆਂ 3 ਵਾਰ ਐਪਲੀਕੇਸ਼ਨਾਂ ਕਰਤੀਆਂ, ਕੀ ਤੁਹਾਨੂੰ ਦੱਸਿਆ ਨਹੀਂ ਗਿਆ ਵੀ ਆਹ ਮਸਲਾ ਇਹਦੇ ਵਿੱਚ? ਹਾਂਜੀ, ਜਦੋਂ ਮੈਂ ਪਹਿਲੀ ਵਾਰੀ ਫਾਈਲ ਲਾਈ ਸੀਗੀ ਜੀ ਉਹ ਤਾਂ ਕੋਈ ਇਮੀਗ੍ਰੇਸ਼ਨ ਜਾਂ ਕੋਈ ਏਜੰਟ ਵਗੈਰਾ ਨਹੀਂ ਸੀਗਾ ਜੀ, ਉਹ ਤਾਂ ਵੈਸੇ ਹੀ ਕੋਈ ਆਪਣਾ ਫਰੈਂਡ ਸੀਗਾ ਜੀ, ਉਹਨਾਂ ਨੇ ਲਾਤੀ ਸੀਗੀ। ਉਦੋਂ ਮੇਰੀ ਰਿਫਿਊਜ਼ਲ ਆਈ ਜੀ। ਦੂਜੀ ਵਾਰੀ ਮੈਂ IRCC ਤੋਂ ਲਵਾਈ ਸੀਗੀ ਜੀ ਬਾਹਰੋਂ ਫਾਈਲ, ਉਹਨਾਂ ਨੇ ਜੀ ਉਦੋਂ ਮੇਰੀ ਇੰਟਰਵਿਊ ਆ ਗਈ ਜੀ, ਉਦੋਂ ਰਿਫਿਊਜ਼ ਹੋਇਆ ਜੀ। ਤੀਜੀ ਵਾਰੀ ਜੀ ਫਿਰ ਮੈਂ ਫਾਈਲ ਇਧਰੋਂ ਹੀ ਲਵਾਈ ਸੀ ਇੰਡੀਆ ਤੋਂ ਜੀ, ਤੇ ਤੀਜੀ ਵਾਰੀ ਫਿਰ ਉਦੋਂ ਰਿਫਿਊਜ਼ ਹੋਇਆ ਜੀ, ਚੌਥੀ ਵਾਰੀ ਫਿਰ ਥੋੜ੍ਹੇ ਤੋਂ ਲਵਾਈ। ਠੀਕ ਹੈ ਬਾਈ ਜੀ, ਠੀਕ ਹੈ ਬਾਈ ਜੀ। ਇੱਕ ਹੋਰ ਸਵਾਲ ਹੈ ਕਿ ਅਸੀਂ ਫੀਸ ਐਡਵਾਂਸ ਲੈਂਦੇ ਹਾਂ, ਕਹਿੰਦੇ ਵੀ ਬਾਈ ਅਮਨਦੀਪ ਸਿੰਘ ਜਿਹੜਾ ਹੈਗਾ ਉਹ $2,600 $2,640 ਫੀਸ ਚਾਰਜ ਕਰਦਾ, ਠੀਕ ਹੈ, ਤੇ ਟਾਈਮ ਵੀ ਬੜਾ ਫਾਇਲ ਤੇ ਲਾਉਂਦਾ, ਕੀ ਤੁਸੀਂ ਉਹਨਾਂ ਦੀਆਂ ਸਰਵਿਸਿਜ਼ ਜਾਂ ਸਾਡੀਆਂ ਸਰਵਿਸਿਜ਼ ਤੋਂ ਖੁਸ਼ ਹੈਗੇ ਹੋ ਜਾਂ ਨਹੀਂ? ਤੁਹਾਨੂੰ ਕੀ ਲੱਗਦਾ ਕਿ ਅੱਜ ਦੇ ਟਾਈਮ ਦੇ ਵਿੱਚ ਜਿੱਦਾਂ ਹਾਲਾਤ ਬਣ ਰਹੇ ਆ ਕਿ ਅਸੀਂ 18-19 ਲੱਖ ਰੁਪਇਆ ਘਰ ਵਾਲੀ ਤੇ ਲਾ ਦਿੰਦੇ ਹਾਂ, ਆਪਦੀ ਫੀਸ ਅਸੀਂ $2,000 ਨਹੀਂ ਦੇ ਸਕਦੇ, $3,000 ਨਹੀਂ ਦੇ ਸਕਦੇ ਇੱਕ ਚੰਗੀ RCIC ਜਾਂ ਇਮੀਗ੍ਰੇਸ਼ਨ ਲਾਇਰ ਜਾਂ ਪੈਰਾਲੀਗਲ, ਅਨਆਥੋਰਾਈਜ਼ ਕੋਲੇ ਜਾਂਦੇ ਆ, ਤੁੱਕਾ ਲੱਗ ਗਿਆ, ਠੀਕ ਆ, ਠੀਕ ਹੈ, ਘਰ ਬਹੁਤ ਜ਼ਿਆਦਾ ਖਰਾਬ ਹੋ ਰਹੇ ਆ ਕਿਉਂਕਿ ਟਾਈਮ ਜਿਵੇਂ ਜਿਵੇਂ ਪੈਂਦਾ ਜਾਂਦਾ, ਠੀਕ ਹੈ, ਤੇ ਦਿਲਾਂ ਦੇ ਵਿੱਚ ਦੂਰੀਆਂ ਵੱਧਦੀਆਂ ਜਾਂਦੀਆਂ, ਤੁਹਾਡੇ ਅਕੋਰਡਿੰਗ ਕੀ 2,000-2,500 ਦੇਣ ਦੇ ਵਿੱਚ ਭਲਾਈ ਆ ਜਾਂ ਵਾਰ ਵਾਰ ਫ੍ਰੀ ਵਾਲਿਆਂ ਕੋਲੇ ਜਾਣ ਦਾ ਭਲਾਈ ਆ? ਤੁਹਾਡੇ ਹਿਸਾਬ ਕੀ ਤੁਸੀਂ ਕਹਿਣਾ ਚਾਹੋਗੇ? ਮੈਂ ਤਾਂ ਜੀ ਇਹੀ ਕਹਿਣਾ ਜੀ ਬਈ ਬੰਦੇ ਨੂੰ ਆਪਦੀ ਫਾਈਲ ਜੀ ਵਧੀਆ IRCC ਮੈਂਬਰ ਤੋਂ ਲਵਾਉਣੀ ਚਾਹੀਦੀ ਹੈ ਜੀ। ਪੈਸੇ ਬਣਾ ਦੀ ਪਹਿਲੇ ਲੈਂਦੇ ਆ ਜੀ ਪਰ ਕੰਮ ਵਧੀਆ ਕਰਦੇ ਆ ਜੀ। ਜਿਵੇਂ ਹੁਣ ਜੀ ਆਪਾਂ ਇੱਧਰਲੇ ਏਜੰਟਾਂ ਤੋਂ ਲਵਾਉਂਦੇ ਹਾਂ ਫਾਈਲ ਜੀ, ਉਹਨਾਂ ਨੇ ਫਿਰ ਵੀ ਜੀ 50,000-60,000 ਪਹਿਲਾਂ ਲੈ ਹੀ ਲੈਣਾ ਜੀ। ਬਾਕੀ ਜੇ ਰਿਫਿਊਜ਼ਲ ਆ ਗਈ ਜੀ ਉਹਨਾਂ ਨੇ ਕਹਿ ਦੇਣਾ ਵੀ ਰਿਫਿਊਜ਼ਲ ਆ ਗਈ, ਬਸ ਦੈਟ। ਬਾਕੀ ਉਹ ਕੋਈ ਗਾਈਡ ਨਹੀਂ ਕਰਦੇ ਜੀ ਏਡਾ ਵਧੀਆ ਜੀ ਬਈ ਤੁਹਾਨੂੰ ਆਹ ਕਰਨਾ ਚਾਹੀਦਾ ਐਂ ਕਰਨਾ ਚਾਹੀਦਾ ਜੀ। ਬਸ ਜੀ ਉਵੇਂ ਹੀ ਜਿਵੇਂ ਜਿਹੜਾ ਕੁਛ ਲੈ ਜਾਂਦੇ ਆ ਚੱਕ ਕੇ ਉਵੇਂ ਹੀ ਲਾ ਦਿੰਦੇ ਆ ਜੀ, ਬਾਕੀ ਫਿਰ ਬੰਦੇ ਦੀ ਰਿਫਿਊਜ਼ਲ ਤਾਂ ਆਉਣਾ ਹੀ ਆ ਜੀ। ਪਰ ਬਾਕੀ ਟਾਈਮ ਦੀ ਗੱਲ ਆ ਜੀ, ਜਿਵੇਂ ਹੁਣ ਕਹਿ ਦਿੰਦੇ ਆ ਵੀ ਟਾਈਮ ਲਾ ਦਿੰਦੇ ਆ ਜੀ IRCC ਮੈਂਬਰ, ਚਲੋ ਟਾਈਮ ਤਾਂ ਲੱਗ ਜਾਂਦਾ ਜੀ ਪਰ ਕੰਮ ਹੋ ਜਾਂਦਾ ਜੀ। ਬਾਈ ਜੀ ਇੱਕ ਗੱਲ ਹੋਰ ਕਹਿਣਾ ਚਾਹੁੰਗਾ ਕਿ ਬਹੁਤ ਸਾਰੇ ਲੋਕ ਬੈਠਦੇ ਆ, ਠੀਕ ਹੈ, ਤੇ ਉਹ ਕੀ ਕਰਦੇ ਆ ਕਿ ਠੇਕਾ ਮਾਰ ਲੈਂਦੇ ਆ ਵੀ ਅਸੀਂ ਤੁਹਾਡੇ ਤੋਂ $1,000 ਲੈਣਾ, ਅਸੀਂ ਲਾਈ ਚੱਲਾਂਗੇ ਤੁਹਾਡੀ ਫਾਈਲ ਲਾਈ ਚੱਲਾਂਗੇ, ਠੀਕ ਹੈ, ਕਦੇ ਨਾ ਕਦੇ ਤਾਂ ਤੁਹਾਡਾ ਵੀਜ਼ਾ ਆਊਗਾ, ਐਪਲੀਕੇਸ਼ਨ ਦੀਆਂ ਫੀਸਾਂ ਤੁਸੀਂ ਆਪਦੇ ਕਾਰਡ ਤੋਂ ਭਰੀ ਜਾਣੀਆਂ, ਸਾਡੀ ਇੰਨੀ ਫੀਸ ਆ ਤੁਹਾਡੇ ਘਰ ਵਾਲਾ ਜਾਂ ਘਰ ਵਾਲੀ ਨੂੰ ਕੈਨੇਡਾ ਲਿਆ ਦਿਆਂ, ਠੀਕ ਹੈ। ਅਸੀਂ ਬਾਈ ਜੀ ਤੁਹਾਡੇ ਨਾਲ ਕੋਈ ਏਦਾਂ ਦੀ ਗੱਲ ਕੀਤੀ ਜਾਂ ਨਹੀਂ ਕੀਤੀ, ਮੈਨੂੰ ਇਹ ਵੀ ਦੱਸ ਦਿਓ, ਕਲੀਅਰ ਖੁੱਲ ਕੇ ਦੱਸ ਦਿਓ। ਅਸੀਂ ਤੈਨੂੰ ਕੋਈ ਇਹ ਨਹੀਂ ਕਹਿੰਦੇ ਵੀ ਜੋ ਸਾਡੇ ਚ ਬੁਰਾਈਆਂ ਵੀਰੇ ਉਹ ਦੱਸ ਦਿਓ, ਜੋ ਚੰਗਿਆਈਆਂ ਉਹ ਦੱਸ ਦਿਓ, ਤੁਹਾਡੇ ਸਾਹਮਣੇ ਆ ਸਭ ਕੁਛ। ਨਹੀਂ ਵੀਰ ਜੀ, ਜਦੋਂ ਆਪਣੀ ਗੱਲ ਹੋਈ ਸੀ ਤੁਸੀਂ ਫੀਸ ਆਪਾਂ ਨੂੰ ਦੱਸਤੀ ਸੀ ਵੀ ਇੰਨੇ ਪੈਸੇ ਲੱਗਣਗੇ ਜੀ, ਮੈਂ ਕਿਹਾ ਵੀ ਠੀਕ ਆ ਜੀ, ਤੇ ਪਰ ਤੁਸੀਂ ਐਵੇਂ ਵੀ ਕਿਹਾ ਸੀ ਵੀ ਬਾਈ ਚਾਂਸ ਵੀ ਜੇ ਰਿਫਿਊਜ਼ਲ ਆਉਂਦੀ ਵੀ ਹੈ ਜੀ ਵੀ ਆਪਾਂ ਤੁਹਾਡਾ ਕੰਮ ਵਧੀਆ ਫੇਰ ਵੀ ਕਰਕੇ ਦੇਵਾਂਗੇ ਜੀ ਵੀ ਇਹੀ ਫੀਸ ਦੇ ਵਿੱਚ, ਤੇ ਆਪਾਂ ਨੂੰ ਤਾਂ ਵਧੀਆ ਲੱਗਿਆ ਜੀ ਵੀ ਚਲੋ ਪਹਿਲੀ ਵਾਰੀ ਚ ਆਪਣਾ ਵੀਜ਼ਾ ਲਾ ਗਿਆ ਜੀ ਤੇ ਆਪਾਂ ਬਹੁਤ ਖੁਸ਼ ਹਾਂ ਜੀ। ਦੂਜੀ ਬਾਈ ਜੀ ਤੁਹਾਡੀਆਂ ਜਿਹੜੀਆਂ ਪਹਿਲੀਆਂ ਐਪਲੀਕੇਸ਼ਨਾਂ ਲੱਗੀਆਂ ਸੀ ਤੁਹਾਨੂੰ ਕਿਸੇ ਨੇ ਫਾਈਲ ਦਿਖਾਈ ਸੀ ਜਾਂ ਨਹੀਂ ਦਿੱਤੀ ਗਈ ਸੀ, ਤੁਹਾਨੂੰ ਪੁੱਛਿਆ ਗਿਆ ਸੀ ਵੀ ਆਹ ਡਾਕੂਮੈਂਟਸ ਲਾਉਣਾ ਜਾਂ ਨਹੀਂ ਲਾਉਣਾ, ਕੀ ਤੁਹਾਡੀ ਸੁਣੀ ਗਈ ਸੀ, ਤੁਸੀਂ ਕਿੰਨੀ ਵਾਰ ਤੁਸੀਂ ਅਗਲੇ ਨਾਲ ਗੱਲ ਕਰਦੇ ਸੀ, ਫੋਨ ਕਰਦੇ ਸੀ, ਅਗਲਾ ਚੱਕਦਾ ਸੀ ਜਾਂ ਨਹੀਂ ਚੱਕਦਾ ਸੀ, ਜਾਂ XYZ ਜਾਂ ਤੁਹਾਨੂੰ ਏਦਾਂ ਦਾ ਕੋਈ ਐਕਸਪੀਰੀਅੰਸ ਜਾਂ ਕੋਈ ਏਦਾਂ ਦੀ ਗੱਲਬਾਤ ਵੀ ਤੁਹਾਨੂੰ ਤੁਹਾਡੀ ਫਾਈਲ ਨਹੀਂ ਦਿਖਾਈ ਗਈ ਹੋਵੇ? ਹਾਂਜੀ ਵੀਰ ਜੀ, ਜਿਵੇਂ ਹੁਣ ਪਿਛਲੀਆਂ ਫਾਈਲਾਂ ਲਾਈਆਂ ਸੀ ਉਹ ਆਪਾਂ ਨੂੰ ਕਿਸੇ ਨੇ ਨੀ ਦਿਖਾਈਆਂ ਜੀ ਵੀ ਤੁਹਾਡੀ ਫਾਈਲ ਦੇ ਵਿੱਚ ਆਹ ਲਾਉਣ ਲੱਗੇ ਆ, ਤੇ ਬਾਕੀ ਮੈਂ ਜੀ ਇੱਕ ਇਧਰੋਂ ਇੰਡੀਆ ਤੋਂ ਵੀ ਲਵਾਈ ਸੀਗੀ ਫਾਈਲ, ਮੈਂ ਜੀ ਉਹ ਜਦੋਂ ਰਿਫਿਊਜ਼ਲ ਆ ਗਈ ਸੀ ਮੈਂ ਉਹਨਾਂ ਤੋਂ ਫਾਈਲ ਮੰਗੀ ਆਪਦੀ ਵੀ ਮੈਨੂੰ ਫਾਈਲ ਦੇ ਦਿਓ ਜੀ ਵੀ ਕੀ ਲਾਏ ਸੀ ਤੁਸੀਂ ਡਾਕੂਮੈਂਟ, ਉਹਨਾਂ ਨੇ ਆਪਾਂ ਨੂੰ ਜਵਾਬ ਹੀ ਦੇਤਾ ਸੀਗਾ ਜੀ ਵੀ ਨਹੀਂ ਅਸੀਂ ਦੇ ਨਹੀਂ ਸਕਦੇ ਗੇ। ਫਿਰ ਜੀ ਮੈਂ ਆਪਦੀਆਂ ਫਾਈਲਾਂ ਜੀ ਉਹ ਅੰਬੈਸੀ ਤੋਂ ਹੀ ਕਢਵਾਈਆਂ ਜੀ, ਹਾਂਜੀ ਉਹ ਫਾਈਲ ਜਦੋਂ ਲਾਉਂਦੇ ਸੀ ਉਦੋਂ ਵੀ ਨਹੀਂ ਦੱਸਦੇ ਸੀਗੇ ਜੀ ਉਹਨਾਂ ਨੇ 13 ਡਾਕੂਮੈਂਟ ਸਾਰੇ ਲੈ ਲੈਣੇ ਜੀ ਤੁਹਾਤੋਂ, ਲਾਉਣੇ ਆਪਦੀ ਮਰਜ਼ੀ ਨਾਲ ਜੀ, ਨਾ ਤੁਹਾਨੂੰ ਦੱਸਣਾ ਵੀ ਕੀ ਲਾਉਣਾ ਫਾਈਲ ਦੇ ਵਿੱਚ ਕੀ ਨਹੀਂ। ਪਰ ਸਾਡੇ ਨਾਲ ਤੁਹਾਡੀ ਫਾਈਲ ਸਾਂਝੀ ਕੀਤੀ ਗਈ ਜਾਂ ਤੁਹਾਡੇ ਫਾਈਲ ਲਾਉਣ ਤੋਂ ਪਹਿਲਾਂ ਤੁਹਾਡੇ ਤੋਂ ਪੁੱਛਿਆ ਗਿਆ ਜਾਂ ਨਹੀਂ ਪੁੱਛਿਆ ਗਿਆ, ਮੈਨੂੰ ਇਹ ਵੀ ਦੱਸ। ਹਾਂਜੀ ਜੀ ਤੁਸੀਂ ਫਾਈਲ ਲਾਈ ਹੈ ਜੀ, ਤੁਸੀਂ ਆਪਾਂ ਨੂੰ ਸਾਰੀ ਫਾਈਲ ਪਹਿਲਾਂ ਦਿੱਤੀ ਜੀ ਬਈ ਤੁਹਾਡੇ ਆਹ ਡਾਕੂਮੈਂਟ ਲਾਉਣ ਲੱਗੇ ਆ ਜੀ ਤੇ ਆਹ ਤੁਹਾਡੇ ਫੋਟੋਆਂ ਲਾਉਣ ਲੱਗੇ ਆ
ਬਸ ਜੀ ਫਿਰ ਤੁਸੀਂ ਫਾਈਲ ਸਬਮਿਟ ਕੀਤੀ ਜੀ ਆਪਾਂ ਨੂੰ ਸਾਰੀ ਦਿਖਾ ਕੇ ਜੀ। ਠੀਕ ਹੈ ਬਾਈ ਜੀ, ਠੀਕ ਹੈ। ਇੱਕ ਅਗਲਾ ਸਵਾਲ ਆ ਜਾਂਦਾ ਕਿ ਜਿਨ੍ਹਾਂ ਨੇ ਹਜੇ ਕੈਨੇਡਾ ਦਾ ਸਪਾਊਸ ਵੀਜ਼ਾ ਅਪਲਾਈ ਕਰਨਾ ਜਾਂ ਕੈਨੇਡਾ ਦਾ ਸਟੱਡੀ ਵੀਜ਼ਾ, ਕੁੜੀ ਲੱਭੀ ਬੈਠੇ ਆ ਜਾਂ ਕੁਛ, ਉਹ ਗਲਤੀਆਂ ਨਾ ਕਰਨ ਜਿਹੜੀਆਂ ਤੁਸੀਂ ਕੀਤੀਆਂ ਸੀਗੀਆਂ ਉਸ ਟਾਈਮ, ਜਾਂ ਕੋਈ ਕਰਦਾ ਜਿਨ੍ਹਾਂ ਤੋਂ ਗਲਤੀਆਂ ਤੋਂ ਸਾਨੂੰ ਬਚਣਾ ਚਾਹੀਦਾ, ਕਿ ਠੀਕ ਹੈ ਕੋਈ ਐਡਵਾਈਸ ਦੇ ਦਿਓ ਕਿ ਕਿੱਦਾਂ ਤੁਹਾਨੂੰ ਉਹਨਾਂ ਨੂੰ ਆਪਦੀ ਫਾਈਲ ਰੈਡੀ ਕਰਨੀ ਚਾਹੀਦੀ ਆ, ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਕਿੱਦਾਂ ਅਪਲਾਈ ਕਰਨੀ ਚਾਹੀਦੀ। ਮੈਂ ਤਾਂ ਜੀ ਇਹੀ ਕਹਿੰਦਾ ਵੀ ਪਹਿਲਾਂ ਜੀ ਆਪਦੀ ਫਾਈਲ ਰੈਡੀ ਕਰਨੀ ਆ ਜੀ, ਪਹਿਲਾਂ ERCC ਕੋਈ ਚੰਗੇ ਕੰਸਲਟੈਂਟ ਨਾਲ ਜੀ ਉਹਨਾਂ ਨੂੰ ਗੱਲਬਾਤ ਕਰਨੀ ਚਾਹੀਦੀ ਆ ਜੀ। ਫਿਰ ਜੇ ਟਾਈਮ ਲੱਗਦਾ ਵੀ ਆ ਜੀ 4 ਮਹੀਨੇ 5 ਮਹੀਨੇ ਆਪਦੇ ਪ੍ਰੋਪਰ ਜੀ ਡਾਕੂਮੈਂਟ ਜਿਵੇਂ ਗਾਈਡ ਕਰਦੇ ਆ ਉਵੇਂ ਜੀ ਜਾਣ ਦੀ ਤਿਆਰ ਕਰਨ ਜੀ, ਫਿਰ ਆਪਦੀ ਫਾਈਲ ਸਬਮਿਟ ਕਰਨ, ਉਹਦੇ ਨਾਲ ਵੀ ਰਿਜ਼ਲਟ ਵਧੀਆ ਮਿਲੂਗਾ ਜੀ ਉਹਨਾਂ ਨੂੰ। ਜੇ ਜੀ ਇੱਥੇ ਦੂਜੇ ਏਜੰਟਾਂ ਕੋਲ ਜਾ ਵੜੇ ਜੀ ਉਹਨਾਂ ਦਾ ਤਾਂ ਫਿਰ ਕੰਮ ਖਰਾਬ ਆ ਜੀ, ਉਹਨਾਂ ਨੇ ਤਾਂ ਕਹਿ ਦੇਣਾ ਵੀ ਲਿਆਓ ਤੇ ਚੱਕ ਦਿੰਦੇ ਕੰਮ। ਹਾਂਜੀ ਹਾਂਜੀ, ਜੇ ਟਾਈਮ ਥੋੜਾ ਲੱਗਦਾ ਜੀ ਚਲੋ ਕੋਈ ਵਾ ਗੱਲ ਨੀ, ਵੀ ਜਾਣਦੀ ਵਜਣ ਦੀ ਰਿਜ਼ਲਟ ਵਧੀਆ ਹੁੰਦਾ ਜੀ ਮੁੜ ਕੇ, ਵੀ ਵਧੀਆ ERCC ਮੈਂਬਰ ਨਾਲ ਬਈ ਲਵਾਉਣ ਜੀ ਫਾਈਲ। ਬਾਈ ਜੀ ਇੱਥੇ ਮੈਂ ਬੇਨਤੀ ਕਰਦਾ ਕਿ ਸਾਡੇ ਕੋਲੇ ਨਹੀਂ ਆਉਣਾ, ਅਸੀਂ ਕਿਸੇ ਨੂੰ ਸੱਦ ਦੇਣੀ ਆ ਜੀ, ਸਾਡੇ ਕੋਲੇ ਆਓ। ਗਗਨ ਬਾਈ ਜੀ ਤੁਹਾਨੂੰ ਵੀ ਕਹਿਤਾ ਸੀ ਵੀ ਬਾਈ ਜਿਹਦੇ ਤੋਂ ਤੇਰਾ ਚਿੱਤ ਮੰਨਦਾ ਨਾ ਤੂੰ ਉਹਦੇ ਤੋਂ ਕਰਾ, ਸਾਨੂੰ ਕੋਈ ਫਰਕ ਨਹੀਂ ਪੈਂਦਾ ਵੀਰੇ, ਤੁਹਾਡੀ ਜ਼ਿੰਦਗੀ ਆ, ਤੁਹਾਡੇ ਪੈਸੇ ਆ, 5 ਸਾਲ ਤੁਸੀਂ ਪਹਿਲਾਂ ਇੰਡੀਆ ਕਢਾਤੇ ਆ, ਠੀਕ ਹੈ, ਤਰਸ ਰਹੇ ਆ ਤੁਸੀਂ ਇੱਕ ਦੂਜੇ ਨੂੰ ਮਿਲਣ ਨੂੰ। ਮੈਨੂੰ ਭੈਣ ਜੀ ਜਸ਼ਨ ਭੈਣ ਜੀ ਹੁਣਾਂ ਨੂੰ ਮੈਂ ਐਪਰੀਸ਼ੀਏਟ ਕਰਦਾ ਕਿ ਉਹਨਾਂ ਨੇ 5 ਸਾਲ ਆਪਦੇ ਘਰ ਦੇ ਦਾ ਵੇਟ ਕੀਤਾ, ਆਪਣੇ ਘਰਦਿਆਂ ਦੀ ਇੱਜ਼ਤ ਮਾਣ ਰੱਖਿਆ, ਠੀਕ ਹੈ, ਤੇ ਇੱਕ ਸਟੈਂਡ, ਪਰਫੈਕਟ ਸਟੈਂਡ ਲਿਆ, ਜਿੱਦਾਂ ਦੇ ਹਾਲਾਤ ਚੱਲ ਰਹੇ ਕਿ ਕੁੜੀ ਕੈਨੇਡਾ ਆਉਂਦੀ ਉਹ ਬਦਲ ਜਾਂਦੀ ਹੈ, ਸੋ ਇੱਦਾਂ ਦਾ ਕੁਛ ਨਹੀਂ ਦੇਖਣ ਨੂੰ ਮਿਲਿਆ ਤੁਹਾਡੇ ਰਿਸ਼ਤੇ ਦੇ ਵਿੱਚ, ਤੇ ਉਹਨਾਂ ਨੇ ਬਹੁਤ ਸਪੋਰਟ ਕੀਤਾ ਸਾਨੂੰ ਵੀ, ਆਲਵੇਜ਼ ਉਹਨਾਂ ਨੇ ਕਾਲ ਕਰਨੀ ਵੀਰ ਜੀ ਮੇਰੇ ਘਰ ਵਾਲੇ ਨੂੰ ਲੈ ਆਓ, ਵੀਰ ਜੀ ਮੇਰੇ ਘਰ ਵਾਲੇ ਨੂੰ ਲੈ ਆਓ। ਸੋ ਫਾਈਨਲੀ ਤੁਸੀਂ ਕੈਨੇਡਾ ਪਹੁੰਚ ਗਏ ਹੋ, ਠੀਕ ਹੈ, ਕੈਨੇਡਾ ਸਪਾਊਸ ਓਪਨ ਵਰਕ ਪਰਮਿਟ ਤੇ, ਤੇ ਬਾਕੀ ਬਾਈ ਜੀ ਹੁਣ ਰਹੀ ਗੱਲ ਤੁਹਾਡੀ ਪਰਮਾਨੈਂਟ ਰੈਜੀਡੈਂਸੀ ਦੀ, ਉਹਦਾ ਵੀ ਦੇਖਦੇ ਹਾਂ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ, ਤੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਜਾਂਦੇ ਜਾਂਦੇ? ਮੈਂ ਤਾਂ ਕਹਿੰਦਾ ਜੀ ਸੁੱਖ ਸਮਰ ਵੀਰ ਜੀ ਬਹੁਤ ਵਧੀਆ ਜੀ, ਇਹਨਾਂ ਨੂੰ ਮਿਲੋ ਜੀ, ਇਹਨਾਂ ਤੋਂ ਫਾਈਲ ਲਵਾਓ ਆਪਦੀ, ਤੇ ਜੀ ਬਾਕੀ ਆਪਣਾ ਕੰਮ ਵੀ ਮੈਂ ਤਾਂ ਮਿਲਿਆ ਵੀ ਨੀ ਹੈਗਾ ਜੀ ਸੁੱਖ ਸਮਰ ਵੀਰ ਨੂੰ, ਤੇ ਇਹਨਾਂ ਨੇ ਆਪਣੀ ਫਾਈਲ ਲਾਈ ਹੈ ਜੀ ਵਧੀਆ, ਤੇ ਵਧੀਆ ਰਿਜ਼ਲਟ ਆਇਆ ਜੀ ਆਪਣਾ, ਮੈਂ ਆਪਾਂ ਬਹੁਤ ਖੁਸ਼ ਹਾਂ ਜੀ। ਬਾਈ ਜੀ ਇੱਕ ਗੱਲ ਹਾਸੇ ਵਾਲੀ ਹੈ ਕਿ ਆਪਣੇ ਚ ਪਰਿਵਾਰਿਕ ਸਾਂਝ ਆ, ਨਾ ਬਾਈ ਤੁਸੀਂ ਅਮਨ ਨੂੰ ਮਿਲੇ ਹੋ ਜੋ ਸਾਡੇ RCIC ਨੇ, ਠੀਕ ਹੈ, ਨਾ ਤੁਸੀਂ ਮੈਨੂੰ ਮਿਲੇ ਹੋ, ਸੋ ਫਿਰ ਵੀ ਤੁਸੀਂ ਇੰਨੇ ਟਰਸਟ ਕਰਕੇ ਸਾਡੇ ਨਾਲ ਅੱਜ ਤੱਕ ਆਪਣਾ ਪਰਿਵਾਰਿਕ ਸਾਂਝ ਆ ਇੱਕ ਦੂਜੇ ਨਾਲ, ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬਹੁਤ ਸਾਰੇ ਲੋਕ ਕਹਿੰਦੇ ਕਿ ਅਸੀਂ ਫਲਾਨੇ ਬੰਦੇ ਦੇ ਆਫਿਸ ਜਾਣਾ, ਦਫ਼ਤਰ ਜਾਣਾ, ਸੋ ਕੀ ਕਹਿਣਾ ਚਾਹੋਗੇ ਵੀ ਤੁਸੀਂ ਇੱਕ ਪੰਜਾਬ ਚ ਬੈਠੇ ਆ, ਇੰਨੇ ਬਾਅਦ ਤੁਸੀਂ ਪੈਸੇ ਦੇ ਤੇ? ਆਪਾਂ ਨੂੰ ਤਾਂ ਜੀ, ਮੈਨੂੰ ਤਾਂ ਕਿਸੇ ਨੇ ਰੈਫਰੈਂਸ ਵੀ ਨਹੀਂ ਦਿੱਤੀ ਸੀ, ਵੀ ਨੈਟ ਤੋਂ ਹੀ ਨੰਬਰ YouTube ਤੋਂ ਹੀ ਲਿਆ ਨੰਬਰ, ਤੁਹਾਡੇ ਨਾਲ ਗੱਲ ਹੋਈ ਜੀ, ਤੇ ਤੁਹਾਡੇ ਨਾਲ ਗੱਲਬਾਤ ਕਰਕੇ ਆਪਾਂ ਨੂੰ ਵਧੀਆ ਲੱਗਿਆ ਜੀ, ਤੇ ਆਪਾਂ ਨੂੰ ਜੀ ਫਿਰ ਵਧੀਆ ਹੀ ਜਾਣ ਦੀ ਰਿਜ਼ਲਟ ਮਿਲਿਆ ਜੀ, ਤੇ ਆਪਾਂ ਜਾਣ ਦੀ ਖੁਸ਼ ਹਾਂ ਜੀ। ਬਾਕੀ ਮੈਂ ਕਹਿੰਦਾ ਜੀ ਬਈ ਵਧੀਆ ਸੁੱਖ ਸਮਰ ਵੀਰ ਅਮਨਦੀਪ ਢਿੱਲੋਂ ਜੀ, ਵਧੀਆ ਬੰਦੇ ਆ ਜੀ, ਇਹਨਾਂ ਨੂੰ ਮਿਲੋ ਤੁਸੀਂ, ਇਹਨਾਂ ਤੋਂ ਆਪਦਾ ਫਾਈਲ ਲਵਾਓ ਜੀ। ਠੀਕ ਹੈ ਬਾਈ ਜੀ, ਮੈਂ ਤੁਹਾਡੇ ਆਉਣ ਵਾਲੇ ਫਿਊਚਰ ਦੀ ਕਾਮਨਾ ਕਰਦਾ, ਤੁਸੀਂ ਬਾਲ ਬੱਚਿਆਂ ਵਾਲੇ ਹੋ, ਤੇ ਜਲਦੀ ਆਪਾਂ ਮਿਲਦੇ ਹਾਂ ਬਹਿ ਕੇ, ਤੇ ਰੋਟੀਆਂ ਪਾਣੀਆਂ ਖਾਂਦੇ ਹਾਂ ਤੇ ਇੰਜੋਏ ਕਰਦੇ ਹਾਂ, ਤੇ ਹੁਣ ਤੁਸੀਂ ਵੀ ਆਪਦੀ ਜ਼ਿੰਦਗੀ ਕੈਨੇਡਾ ਦੇ ਵਿੱਚ ਜੀਓ, ਤੁਹਾਡਾ ਇੰਡੀਆ ਤੋਂ ਲੈ ਕੇ ਕੈਨੇਡਾ ਦਾ ਇਹ ਸੀਗਾ ਸਫ਼ਰ, ਤੁਸੀਂ ਇੱਥੇ ਆ ਗਏ ਹੋ, ਠੀਕ ਹੈ, ਤੇ ਬਾਕੀ ਸਤਿ ਸ਼੍ਰੀ ਅਕਾਲ ਆ ਬਾਈ ਜੀ, ਤੁਹਾਡਾ ਧੰਨਵਾਦ ਆ ਜੀ ਦੋਨੇ ਹੱਥਾਂ ਵੀ ਤੁਸੀਂ ਅੱਜ ਟਾਈਮ ਕੱਢੇ, ਸਤਿ ਸ਼੍ਰੀ ਅਕਾਲ, ਠੀਕ ਹੈ, ਵੀ ਬਹੁਤ ਧੰਨਵਾਦ ਜੀ, ਚਲੋ ਆਪਣਾ ਵੀਜ਼ਾ ਲਾ ਕੇ ਜੀ, ਟਾਈਮ ਬਹੁਤ ਹੋ ਗਿਆ ਸੀ। ਚਲੋ ਕੋਈ ਨਾ, ਤੇ ਤੁਹਾਡੇ ਪਰਿਵਾਰ ਨੂੰ ਵੀ ਵਧਾਈਆਂ, ਠੀਕ ਹੈ, ਤੇ ਆਂਟੀ ਅੰਕਲ ਨੂੰ ਵੀ ਵਧਾਈਆਂ ਸਾਡੇ ਵੱਲੋਂ, ਤੁਹਾਡੇ ਸਹੁਰਾ ਪਰਿਵਾਰ ਨੂੰ ਵੀ ਵਧਾਈਆਂ, ਠੀਕ ਹੈ, ਤੇ ਉਹ ਕੁੜੀ ਨੂੰ ਬਹੁਤ ਜ਼ਿਆਦੀਆਂ ਵਧਾਈਆਂ ਜਿਹੜੀ ਕੁੜੀ ਤੁਹਾਡੇ ਨਾਲ ਆਲਵੇਜ਼ ਖੜੀ ਰਹੀ ਹੈ, ਮੈਂ ਐਪਰੀਸ਼ੀਏਟ ਕਰਦਾ ਉਸ ਚੀਜ਼ ਦਾ, ਠੀਕ ਹੈ, ਇੰਨੇ ਮਾਣ ਸਤਿਕਾਰ ਉਹਨੇ ਦਿੱਤਾ ਆਲਵੇਜ਼ ਤੁਹਾਨੂੰ, ਤੇ ਸਾਡੇ ਨਾਲ ਵੀ ਬਹੁਤ ਵਧੀਆ ਵਿਚਰਦੇ ਹੋ ਤੁਸੀਂ, ਤੇ ਬਾਕੀ ਖੁਸ਼ ਰਹੋ, ਆਪਣੀ ਨਵੀਂ ਜ਼ਿੰਦਗੀ ਜੀਓ ਕੈਨੇਡਾ ਆਣ ਕੇ, ਤੇ ਆਪਦਾ ਕੰਮ ਕਾਰ ਕਰੋ, ਤੇ ਬਾਕੀ ਮਿਲਦੇ ਹਾਂ ਫਿਰ ਆਪਾਂ ਜਲਦੀ, ਤੇ ਬਾਕੀ ਹੁਣ ਜਾਂਦੇ ਜਾਂਦੇ ਕੋਈ ਸ਼ਬਦ ਚਾਰ ਤੁਹਾਡੇ ਵੱਲੋਂ ਸਾਰਿਆਂ ਵਾਸਤੇ ਜਿਹੜੇ ਆ ਦੇਖਣਗੇ ਵੀਡੀਓ? ਮੈਂ ਤਾਂ ਕਹਿੰਦਾ ਜੀ ਵੀ ਵਧੀਆ ਜੀ ਆਪਦੀ ਫਾਈਲ ਵਧੀਆ ਬੰਦੇ ਤੋਂ ਲਵਾਓ ਜੀ, ਤੇ ਜੀ ਆਪਦੀ ਵਧੀਆ ਹੋ ਜੀ ਜ਼ਿੰਦਗੀ ਇੰਜੋਏ ਕਰੋ ਜੀ, ਕਹਾਂ ਜੀ। ਠੀਕ ਹੈ ਬਾਈ ਜੀ, ਠੀਕ ਹੈ, ਸੋ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਲਾਈਕ ਜ਼ਰੂਰ ਕਰ ਦਿਓ, ਸ਼ੇਅਰ ਜ਼ਰੂਰ ਕਰ ਦਿਓ, ਤੇ ਬਹੁਤ ਬਹੁਤ ਧੰਨਵਾਦ ਬਾਈ ਗਗਨ ਦਾ ਤੇ ਜਸ਼ਨਦੀਪ ਕੌਰ ਸਾਡੀ ਭੈਣ ਦਾ, ਜਿਨ੍ਹਾਂ ਨੇ ਸਾਰਾ ਆਰਗਨਾਈਜ਼ ਕੀਤਾ ਕਾਲ ਵਾਸਤੇ, ਸਾਰਾ ਕੁਛ ਇੰਟਰਵਿਊ ਆਰਗਨਾਈਜ਼ ਕੀਤਾ, ਥੈਂਕ ਯੂ ਸੋ ਮਚ ਰਾਜੀ, ਤੇ ਬਾਕੀ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ।